ਸਾਤਰੀਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਹ ਗਿਆ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਚਰਚਾ ਸਾਰਾ ਦਿਨ ਇਹ ਰਹੀ ਕਿ ਵਿਕਰਮ ਮਜੀਠੀਆ ਨੂੰ ਕਿਸੇ ਵੀ ਵੇਲੇ ਗ੍ਰਿਫਤਾਰ ਕੀਤਾ ਜਾ ਸਕਦਾ ਪਰ ਸ਼ਾਮ ਹੁੰਦਿਆਂ ਹੁੰਦਿਆਂ ਕੋਈ ਵੀ ਇਹੋ ਜਿਹਾ ਸੁਨੇਹਾ ਇਧਰੋਂ ਉਧਰੋਂ ਸਾਹਮਣੇ ਨਹੀਂ ਆਇਆ ਸਾਰਾ ਦਿਨ ਜੋ ਕੁਝ ਬਾਦਲ ਪਰਿਵਾਰ ਦੇ ਵਿੱਚ ਚੱਲਦਾ ਰਿਹਾ ਬਾਦਲ ਸਾਹਿਬ ਸਾਹਮਣੇ ਆਏ ਕਹਿੰਦੇ ਮੈਨੂੰ ਫੜ ਲਓ ਸੁਖਵੀਰ ਸਿੰਘ ਬਾਦਲ ਸਾਹਮਣੇ ਆਏ ਕਹਿੰਦੇ ਜਿਹੜੇ ਚੱਟੋਪਾਦੇ ਆਏ ਸਾਬਨੇ ਉਹੀ ਨੇ ਜਿਨ੍ਹਾਂ ਨੂੰ ਪਹਿਲਾਂ ਵੀ ਸਾਡੇ ਪਿੱਛੇ ਲਾਇਆ ਸੀ ਹੁਣ ਫੇਰ ਲਾ ਦਿੱਤਾ ਕੋਈ ਨਹੀਂ ਕਹਿੰਦੇ ਜਵਾਬ ਦੇ ਦੇਾਂਗੇ ਪਰ ਹੁਣ ਤਕੜੇ ਹੋ ਜੋ ਬਾਦਲ ਸਾਹਿਬ ਨੇ ਇਹ ਵੀ ਕਿਹਾ ਕਿ ਖਾਮਿਆਜ਼ਾ ਜਿਹੜਾ ਇਹਦਾ ਉਹ ਸਮੇਂ ਤੱਕ ਭੁਗਤਣਾ ਪੈਂਦਾ ਇਸ ਬਾਰੇ ਥੋੜਾ ਜਿਆਦਾ ਰਹਿਣਾ ਪੜਾ ਨਾਲੋਂ ਨਾਲ ਗੱਲ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਦੀ ਕਰਾਂਗੇ ਤੇ ਨਵਜੋਤ ਸਿੱਧੂ ਦੀ ਸਿਆਸਤ ਦੀ ਵੀ ਕਰਾਂਗੇ ਭਾਜਪਾ ਜਿਹੜੀ ਆ ਉਹ ਪੰਜਾਬ ਪੂਰੇ ਤਰੀਕੇ ਦੇ ਨਾਲ ਸਰਗਰ ਮੈਂ ਇਦਾਂ ਕਹਿ ਲਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਪੰਜਾਬ ਦੇ ਵਿੱਚ ਇੱਕ ਰੋਡ ਮੈਪ ਵਾਂਗੂ ਤਿਆਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਕਦੋਂ ਤੇ ਕਿਸ ਢੰਗ ਦੇ ਨਾਲ ਕਿੱਥੇ ਆਉਣਾ ਹੈ ਤੇ ਕਿਹੜੇ-ਕਿਹੜੇ ਲੀਡਰ ਜਿਹੜੇ ਨੇ ਆਪਣੀ ਪਾਰਟੀ 'ਚ ਸ਼ਾਮਲ ਕਰਨੇ ਨੇ ਰਾਣਾ ਸੋਢੀ ਤਾਂ ਸ਼ਾਮਲ ਹੋ ਚੁੱਕੇ ਨੇ ਮਲੂਕਾ ਸਾਹਿਬ ਦਾ ਨਾਮ ਚੱਲਦਾ ਸੀਗਾ ਉਹਦੇਆਂ ਵੀ ਖਬਰਾਂ ਕੁਝ ਬਾਹਰ ਨਿਕਲ ਕੇ ਸਾਹਮਣੇ ਆ ਗਈਆਂ ਨੇ ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਕੇਜਰੀਵਾਲ ਸਾਹਿਬ ਤੇ ਵੀ ਲੋਕ ਤੰਗ ਕੱਸ ਰਹੇ ਨੇ ਕਿ ਉਦੋਂ ਇਹਨਾਂ ਨੇ ਮਾਫੀ ਮੰਗੀ ਸੀ ਮਜੀਠੀਆ ਤੋਂ ਤੇ ਅੱਜ ਕੀ ਹੋਇਆ ਇਹ ਵੀ ਗੱਲ ਕਰਾਂਗੇ ਗੱਲ ਕਿਸਾਨਾਂ ਦੀ ਵੀ ਹੋਏਗੀ ਜਦੋਂ ਰਾਜੇਵਾਲ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਹੁਣ ਬੀਜੇਪੀ ਦਾ ਵਿਰੋਧ ਕਰਨ ਦੀ ਕੀ ਲੋੜ ਹੈ ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਅਸੀਂ ਸਿਰਫ ਉਸ ਸੋਚ ਦੇ ਖਿਲਾਫ ਆ ਜਿਹੜੀ ਲੋਕਾਂ ਦੇ ਵਿੱਚ ਲੋਕਾਂ ਦੇ ਖਿਲਾਫ ਫੈਸਲੇ ਲੈਂਦੀ ਹੈ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਪ੍ਰੋਫੈਸਰ ਸਭ ਤੋਂ ਪਹਿਲਾਂ ਸ਼ੁਰੂਆਤ ਉਥੋਂ ਵਿਕਰਮ ਸਿੰਘ ਮਜੀਠੀਆ ਤੋਂ ਮੇਰੇ ਖਿਆਲ ਦੇ ਵਿੱਚ ਭਾਜਣਾ ਤਾਂ ਹੁਣ ਵੀ ਪਈਆਂ ਹੋਣ ਗਿਆ ਇਹ ਹੁਣ ਕਿਤੇ ਪੁਲਿਸ ਦਾ ਛਾਪਾ ਨਾ ਪੈ ਜੇ ਪਰ ਕਹਿੰਦੇ ਕੇਸ ਢਿੱਲਾ ਹੀ ਹੈ ਕੈਪਟਨ ਸਾਹਿਬ ਕਹਿੰਦੇ ਸੀ ਦੇਖੋ ਕੈਪਟਨ ਸਾਹਿਬ ਨੂੰ ਪਤਾ ਹੋਣਾ ਇਹਨਾਂ ਨੇ ਸਾਰੇ ਪੇਜ ਢਿੱਲੇ ਕਰਕੇ ਹੀ ਗਏ ਹੁਣ ਇਹ ਚੀਜ਼ਾਂ ਦੇ ਤੇ ਇਸ ਕਰਕੇ ਉਹਨਾਂ ਨੇ ਆਪਣਾ ਕਮੈਂਟ ਇਸ ਤਰ੍ਹਾਂ ਹੀ ਦੇਣਾ ਮੈਂ ਵੀ ਉਹਨਾਂ ਦੀ ਕਲਿੱਪਿੰਗ ਸੁਣ ਰਿਹਾ ਸੀਗਾ ਕਿ ਐਵੇਂ ਜਿਵੇਂ ਤੱਕਾ ਹੋ ਰਿਹਾ ਹੋਵੇ ਤੇ ਇਹ ਗੱਲ ਤੇ ਫਿਰ ਦੂਜੇ ਪਾਸੇ ਜਾਊਗੀ ਜੇ ਇਸ ਤਰ੍ਹਾਂ ਦੀ ਗੱਲ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣੇ ਤੇ ਦੋਸ਼ ਨਹੀਂ ਲੈਣਾ ਚਾਹੁੰਦਾ ਕਿ ਕਾਂਗਰਸ ਔਰ ਸ਼ਰਮਣੀ ਕਾਲੀ ਢਾਲ ਰੜਕੇ ਪੰਜਾਬ ਦੇ ਵਿੱਚ ਖੇਲ ਖੇਲਦੇ ਆ ਇਹ ਵੀ ਗੱਲ ਦਾ ਪਤਾ ਚੱਲਿਆ ਕਿ ਜਿਹੜੇ ਆਪਣੇ ਮਜੀਠੀਆ ਜੀ ਹੈਗੇ ਆ ਬਿਕੰਦੀ ਸਿੰਘ ਮਜੀਠੀਆ ਜੀ ਉਹ ਉਹ ਆਪਣੀ ਸਿਕਿਉਰਟੀ ਛੱਡ ਕੇ ਭੱਜ ਗਏ ਆ ਕਹਿੰਦੇ ਆ ਮਤਲਬ ਹੁਣ ਵੈਸੇ ਤੇ ਇਹ ਆ ਕਿ ਇਹ ਪੁਲਿਸ ਤੇ ਸਟੇਟ ਦੀ ਹੁੰਦੀ ਆ ਔਰ ਪੁਲਿਸ ਸਾਰੀ ਜਗ੍ਹਾ ਦੱਸੀ ਜਾਂਦੀ ਆ ਵੀ ਹੁਣ ਅ ਮਜੀਠੀਆ ਜੀ ਇੱਥੇ ਪਹੁੰਚੇ ਹੁਣ ਇੱਥੇ ਪਹੁੰਚੇ ਹੁਣ ਇੱਥੇ ਪਹੁੰਚੇ ਸਿਕਿਉਰਿਟੀ ਤੇ ਫਿਰ ਉਸੇ ਹਿਸਾਬ ਦੇ ਦਿੱਤੀ ਜਾਂਦੀ ਹੈ ਜਿਹੜੀ ਨਾਲ ਨਾਲ ਖਬਰ ਵੀ ਕਰੀ ਜਾਵੇ ਇਹ ਪਠਾਨੀ ਹੋਣੋ ਸਿਕਿਉਰਿਟੀ ਤੋਂ ਬਗੈਰ ਸਿਕਿਉਰ ਹੈਗੇ ਆ ਕਿ ਇਹਨੇ ਸਿਕਿਉਰ ਹੈਗੇ ਆ ਸਾਰਿਆਂ ਬੰਦੇ ਦੀਆਂ ਸਿਕਿਉਰਿਟੀ ਤੇ ਬਹੁਤ ਆ ਅ ਅੰਡਰਗਰਾਊਂਡ ਹੋਣ ਲਈ ਹੋ ਸਕਦਾ ਸਿਕਿਉਰਿਟੀ ਨਹੀਂ ਚਾਹੀਦੀ ਇਸ ਲਈ ਉਹ ਵੀ ਕੋਈ ਨਾ ਕੋਈ ਆਪਣੇ ਤੌਰ ਤੇ ਪਲਾਨ ਜ਼ਰੂਰ ਕਰ ਰਹੇ ਹੋਣਗੇ ਇਹ ਬੜੀ ਇੱਕ ਕਲਾਸਿਕ ਗੱਲ ਆ ਮੈਂ ਹੁਣ ਦੂਜੇ ਢੰਗ ਨਾਲ ਗੱਲ ਸਾਰੀ ਸ਼ੁਰੂ ਕਰਦਾ ਪਿਛਲੇ 20 ਸਾਲਾਂ ਤੋਂ ਖਾਸ ਕਰ 15 ਸਾਲਾਂ ਤੋਂ ਖਾਸ ਕਰਕੇ ਇਸ ਗੱਲ ਦਾ ਪੰਜਾਬ ਦੁੱਖ ਭੋਗ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਫੈਲਾ ਦਿੱਤਾ ਗਿਆ ਔਰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਨਸ਼ਾ ਸਮਗਲਰਾਂ ਰਾਜਨੀਤਿਕ ਲੋਕਾਂ ਔਰ ਪੁਲਸ ਦੇ ਨਾਲ ਮਿਲ ਕੇ ਹੀ ਫੈਲਦਾ ਹੁਣ ਦੋਸ਼ੀ ਕੌਣ ਹੋਵੇ ਜਿਹੜੇ ਰਾਜ ਕਰਦੇ ਉਹਨਾਂ ਨੂੰ ਹਿਸਿਆ ਪਤਾ ਹੁੰਦਾ ਉਸ ਜ਼ਰੂਰੀ ਨਹੀਂ ਸਾਰੀ ਪਾਰਟੀ ਜਾਂ ਸਾਰੀ ਸਰਕਾਰ ਉਹਦੇ ਚ ਲੋਤਪੋਤ ਹੋਵੇ ਜ਼ਰੂਰੀ ਨਹੀਂ ਹੈ ਕੁਝ ਬੰਦੇ ਜਿੱਥੋਂ ਉਹਨਾਂ ਨੂੰ ਸ਼ੈਲਟਰ ਮਿਲਦੀ ਉਹਨਾਂ ਕੋ ਪੈਸਾ ਬਹੁਤ ਹੁੰਦਾ ਉਹਨਾਂ ਦੇ ਪੈਸੇ ਨਾਲ ਗਾਂ ਪਾਰਟੀਆਂ ਨੇ ਚੋਣਾਂ ਲੜਨੀਆਂ ਹੁੰਦੀਆਂ ਇਸ ਕਰਕੇ ਇੱਕ ਸੌਫਟ ਕਾਰਨਰ ਚਲੋ ਤੂੰ ਆਪਣਾ ਕੰਮ ਕਰੀ ਜਾ ਅਸੀਂ ਇਹਨੂੰ ਮੂੰਹ ਦੂਜੇ ਪਾਸੇ ਨੂੰ ਕਰਕੇ ਕਿ ਚੱਲ ਤੂੰ ਚੁੱਪ ਕਰਕੇ ਅਸੀਂ ਆਹ ਮਾੜਾ ਮੋਟਾ ਕਿਤੇ ਰੌਲਾ ਪਾ ਦਿਆ ਕਰਾਂਗੇ ਬਹੁਤ ਮਾੜੀ ਬਹੁਤ ਮਾੜੀ ਇਸ ਗੱਲ ਦਾ 2012 ਚ ਐਡਾ ਦਬਾਅ ਬਣਿਆ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਿਉਂ ਹੀ ਉਹ 2012 ਚ ਜਿੱਤੇ ਉਹਨਾਂ ਨੇ ਧੜਾ ਧੜ ਹਜ਼ਾਰਾਂ ਮੁੰਡੇ ਫੜ ਕੇ ਮੇਰਾ ਕਹ 30000 ਕੇ 40000 ਮੁੰਡੇ ਅੰਦਰ ਛੋੜ ਦਿੱਤੇ ਕਿ ਦੇਖੋ ਮੈਂ ਹੁਣ ਵੇਖਦਾ ਨਸ਼ਾ ਕਿਵੇਂ ਖਤਮ ਨਹੀਂ ਹੁੰਦਾ ਨਸ਼ਾ ਥੋੜੀ ਖਤਮ ਕਰਨਾ ਸੀ ਉਹ ਤੇ ਜਿਹੜੇ ਪੀੜਤ ਆ ਜਿਹੜੇ ਕੰਜ਼ਿਊਮਰ ਹੈਗੇ ਉਹਨਾਂ ਨੂੰ ਚੋਕੇ ਅੰਦਰ ਦੇ ਦਿੱਤਾ ਹੋ ਗਏ ਕਫਾਈਲਾ ਕਾਗਜ਼ ਪੂਰੇ ਹੋ ਗਏ ਯਾਨੀ ਨਸ਼ਾ ਜੇਲਾਂ ਚ ਵੀ ਸਪਲਾਈ ਹੋਣ ਲੱਗ ਪਿਆ ਉੱਥੇ ਅੱਜ ਵੀ ਅੱਜ ਦੀ ਡੇਟ ਦੇ ਵਿੱਚ ਵੀ ਮਿਲਦਾ ਕੋਈ ਨਾਂ ਨਹੀਂ ਕਰਦਾ ਕਿ ਮੈਨੂੰ ਦੱਸੋ ਮਿਲਦਾ ਉਥੋਂ ਬੈਠ ਕੇ ਮਾਫੀਆ ਵੀ ਕਈ ਚੱਲਦੇ ਆ ਇਹ ਤੇ ਸਾਡੀ ਹਾਲਤ ਆ ਮੈਂ ਕਿਸੇ ਇੱਕ ਬੰਦੇ ਨੂੰ ਨਹੀਂ ਦੋਸ਼ ਦਿੰਦਾ ਹੌਲੀ 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 ਸਿਸਟਮ ਨੂੰ ਨਿਗਾਰ ਲਿਆ ਸੀ ਇੰਨਾ ਇੰਨਾ ਉਹ ਥੱਲੇ ਚਲਾ ਗਿਆ ਕਿ ਉਹਨੂੰ ਹੁਣ ਤਾਂ ਚੁੱਕਣਾ ਬੜਾ ਹੀ ਮੁਸ਼ਕਲ ਲੱਗ ਰਿਹਾ ਜਦੋਂ ਆਪਾਂ ਨਸ਼ੇ ਦੇ ਖਤਮ ਹੋਣ ਦੀ ਤੇ ਇਸੇ ਤਰੀਕੇ ਦੇ ਨਾਲ ਕੈਪਟਨ ਸਾਹਿਬ ਨੇ ਵੀ ਆਪਣਾ ਗੁਟਕਾ ਤਾਂ ਵੀ ਸੌ ਚੁੱਕ ਕੇ ਕਿਹਾ ਕਿ ਮੈਂ 4 ਹਫਤਿਆਂ ਚ ਖਤਮ ਕਰੂੰ ਹੁਣ ਕਈ ਬੰਦੇ ਇਹੋ ਜਿਹੇ ਕਹਿੰਦੇ ਕਿ ਇੱਕ ਦਿਨ ਚ ਹੀ ਖਤਮ ਕਰ ਦਿਆਂਗੇ ਉਹ ਨਸ਼ੇ ਖਤਮ ਕਰਨ ਦੀ ਸੌ ਚੁੱਕੀ ਸੀ ਨਾ ਕਿ ਮਜੀਠੀਆਂ ਨੂੰ ਅੰਦਰ ਦੇਣ ਦੀ ਸੌ ਚੁੱਕੀ ਸੀਗੀ ਉਹ ਕੇਜਰੀਵਾਲ ਪਹਿਲਾਂ ਹੀ ਆਪਣੀਆਂ ਉਂਗਲਾਂ ਸੜਾ ਚੁੱਕਾ ਸੀ ਉਹ ਨਹੀਂ ਨਾਲਿਆ ਕੇਜਰੀਵਾਲ ਨੇ 2017 ਚ ਬੜੀਆਂ ਬੜੀਆਂ ਫਲੈਕਸਾਂ ਲਾਤੀਆਂ ਭਾਈ ਦੇਖੋ ਮੈਂ ਜੇਲ੍ਹ ਚ ਸੁਟੂੰ ਮੈਂ ਜੇਲ੍ਹ ਚ ਜਿਵੇਂ 2000 ਦੇ ਵਿੱਚ ਕੈਪਟਨ ਸਾਹਿਬ ਖੁੰਡਾ ਲੈ ਕੇ ਕਹਿੰਦੇ ਸੀਗੇ ਆ ਦੇ ਮੈਂ ਕਰੂੰਗਾ ਗੱਲ ਸਾਜੀ ਮੈਂ ਇਹਨਾਂ ਨੂੰ ਸੂਤਰ ਕਰੂੰਗਾ ਤੇ ਉਹ ਖੁੰਡੇ ਦੇ ਤਰਜ ਦੇ ਉੱਤੇ ਕੇਜਰੀਵਾਲ ਨੇ ਕਿਹਾ ਕਿ ਪੰਜਾਬੀ ਜਿਹੜੇ ਮਿਲਿਟੈਂਟ ਹੈਗੇ ਮੈਂ ਵੀ ਇੱਕ ਤਕੜਾ ਦਬਕਾ ਮਾਰਦਾ ਉਹ ਬੜਾ ਮਹਿੰਗਾ ਪਿਆ ਆ ਹੁਣ ਫੇਰ ਕਿਉਂਕਿ ਮਜੀਠੀਏ ਦਾ ਨਾਂ ਚੱਲ ਪਿਆ ਕੇਜਰੀਵਾਲ ਦੀ ਜਿਹੜੀ 마ਫੀਨਾਮਾ ਉਹ ਵੀ ਤਰਪਿਆ ਸਾਰੇ ਪਾਸੇ ਹੈਗੇ ਦਾ ਅੰਗਰੇਜ਼ੀ ਚ ਜਾਂ ਪੰਜਾਬੀ ਚ ਕਰ ਦੇਣਾ ਚਾਹੀਦਾ ਸੁਖਵਿੰਦਰ ਕਿਸੇ ਨੂੰ ਕਰਵਾਉਂਦੇ ਆ ਉਹਦੇ ਚ ਉਹਦੇ ਚ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਮੇਰੀ ਤੋਬਾ ਤੋਬਾ ਮੈਨੂੰ ਮaaf ਕਰ ਦਿਓ ਮੁੜ ਕੇ ਇਹੋ ਜੀ ਗਲਤੀ ਮੈਂ ਨਹੀਂ ਕਰਦਾ ਤੁਹਾਨੂੰ ਇਹੋ ਜਿਹਾ ਕੋਈ ਦੋਸ਼ ਲਾ ਕੇ ਤੇ ਜਿਨ੍ਹਾਂ ਜਿਨ੍ਹਾਂ ਦੇ ਵੀ ਲੋਕਾਂ ਚ ਤੁਹਾਡੇ ਰੈਪਿਊਟੇਸ਼ਨ ਨੂੰ ਨੁਕਸਾਨ ਹੋਇਆ ਤੁਹਾਡੇ ਦੋਸਤਾਂ ਮਿੱਤਰਾਂ ਹੋਰ ਸਾਰ ਸਾਰਿਆਂ ਤੋਂ ਮੈਂ ਹੱਥ ਜੋੜ ਕੇ ਕੰਨਾਂ ਨੂੰ ਹੱਥ ਲਾਉਂਦਾ ਹੋਇਆ ਮਾफ़ी ਮੰਗਦਾ ਹਾਂ ਇਹ ਕੋਈ ਤਰੀਕਾ ਸੀ ਇਹ ਕੋਈ ਤਰੀਕਾ ਸੀ ਜਾਂ ਤੁਸੀਂ ਕਰਦੇ ਹੀ ਨਾ ਜੇ ਕਰਦੇ ਖੜੇ ਰਹਿੰਦੇ ਕੁਝ ਕਹਿੰਦੇ ਵੀ ਠੀਕ ਆ ਇਹ ਕੋਈ ਪੋਲਿਟਿਕਸ ਨਹੀਂ ਹੈ ਇਹ ਤੇ ਐਵੇਂ ਛਲੇਡਾ ਪਣ ਅ ਕੈਪਟਨ ਸਾਹਿਬ ਨੇ ਕਿਹਾ ਉਹਨਾਂ ਦਾ ਵੀ ਸਾਰਾ ਸਾਹਮਣੇ ਹੀ ਆ ਗਿਆ ਜਿਹੜਾ ਅੱਜ ਦਾ ਬਿਆਨ ਆਇਆ ਇਹਦੇ ਤੋਂ ਹੋਰ ਕੀ ਹੈਗਾ ਪਰ ਰਹੀ ਗੱਲ ਅਕਾਲੀ ਦਲ ਦੀ ਅਕਾਲੀ ਦਲ ਲਗਾਤਾਰ ਇਸ ਗੱਲ ਤੇ ਕਹਿੰਦਾ ਰਿਹਾ ਉਹਨਾਂ ਨੇ ਕੋਈ ਨਾਂ ਨਹੀਂ ਕੀਤੀ ਆ ਉਹ ਕਹਿੰਦੇ ਰਿਹਾ ਕਿ ਜੇ ਤੁਹਾਨੂੰ ਲੱਗਦਾ ਜਾ ਮਜੀਠਿਆ ਨੇ ਜਾਂ ਕਿਸੇ ਵੀ ਹੋਰ ਨੇ ਜਾਂ ਭਾਵੇਂ ਸੁਖਬੀਰ ਬਾਦਲ ਜੀ ਕਿਉਂ ਨਾ ਹੋਣ ਕਿ ਜੇ ਉਹਨਾਂ ਨੇ ਕੋਈ ਨਸ਼ੇ ਦੇ ਵਿੱਚ ਉਹਨਾਂ ਦਾ ਹੈਗਾ ਹਿੱਸਾ ਪੱਤੀ ਤਾਂ ਤੁਸੀਂ ਉਹਦੀ ਰਿਕੁਐਰੀ ਕਰੋ ਉਹਦੇ ਤੇ ਕੋਈ ਐਸਆਈਟੀ ਬਿਠਾ ਦਿਓ ਫਿਰ ਉਹਦੇ ਤੇ ਜੋ ਵੀ ਬੰਦੀ ਕਾਰਵਾਈ ਕਰੋ ਉਹਦੇ ਠੋਕ ਠੋਕੇ ਚੈਨਲਾਂ ਤੇ ਕਹਿੰਦੇ ਰਹੇ ਆ ਬਿਲਕੁਲ ਅੱਜ ਦੀ ਤਰੀਕ ਦੇ ਵਿੱਚ ਜੋ ਹੋਇਆ ਇਹ ਬਹੁਤ ਲੇਟ ਕੀਤਾ ਗਿਆ ਹੁਣ ਤੇ ਚੂਣਾ ਆਈਆਂ ਖੜੀਆਂ ਹੋਰ 10 ਦਿਨ ਦੇ ਅੰਦਰ-ਅੰਦਰ ਕੋਟ ਲੱਗ ਜਾਣਾ ਕਿਸੇ ਵੀ ਵੇਲੇ ਵੀ ਲੱਗ ਸਕਦਾ ਪਰ 10 ਦਿਨ ਦੇ ਅੰਦਰ-ਅੰਦਰ ਤੇ ਜੇ ਪਿਛਲੇ ਸਾਲ ਦਾ ਹਿਸਾਬ-ਕਿਤਾਬ ਜੇ ਲਈਏ ਮੇਰੇ ਖਿਆਲ ਪੰਜ ਅਨਵਦੀ ਨੂੰ ਲੱਗਾ ਸੀ ਤੇ ਕਿਸੇ ਦਿਨ ਵੀ ਕੋਟ ਜਿਹੜਾ ਇਲੈਕਸ਼ਨ ਕੋਟ ਲੱਗ ਜਾਊਗਾ ਹੁਣ ਕੀ ਕਾਰਵਾਈ ਕਰਨੀ ਕੀ ਗਾਂ ਨਸ਼ਾ ਖਤਮ ਹੋਣਾ ਉਹ ਗੱਲ ਤੇ ਗਈ ਆਈ ਪਰ ਤੇ ਇਹ ਉਹ ਕਿਸਮ ਦੀ ਚਰਚਾ ਹੈਗੀ ਹੈ ਕਿ ਜਿਸ ਤਰੀਕੇ ਨਾਲ ਸਾਡੇ 4-5 ਸਾਲ ਆਨੰਦ ਮਾਣ ਲਿਆ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੇ ਕੈਪਟਨ ਦੀ ਛਤਰ ਸ਼ਾਹ ਚ ਉਹਨੇ ਵੀ ਮੌਜਾਂ ਕੀਤੀਆਂ ਇਹਨਾਂ ਨੇ ਵੀ ਮੌਜਾਂ ਕਰ ਲੀਆਂ ਹੁਣ ਸਾਰੇ ਦਾ ਸਾਰਾ ਭਾਂਡਾ ਕੈਪਟਨ ਦੇ ਸਿਰ ਭੰਨ ਕੇ ਵੀ ਸਾਰੇ ਕੰਮ ਮਾੜੇ ਉਹਨੇ ਕੀਤੇ ਆ ਅਸੀਂ ਤੇ ਚੰਗੇ ਸੀ ਹੁਣ ਚੰਨੀ ਸਾਹਿਬ ਆ ਗਏ ਉਹਨਾਂ ਨੇ ਕਾਫੀ ਰਾਹ ਤੰਡਾ ਉਹ ਕਹਿੰਦੇ ਮੈਂ ਫੈਸਲੇ ਕਰਦਾ ਮੈਂ ਕੋਈ ਵਾਅਦੇ ਨਹੀਂ ਕਰਦਾ ਕੱਲ੍ਹ ਵੀ ਠੀਕ ਵੀ ਹੈ ਜੇ ਜਿਹੜੀ ਸਰਕਾਰ ਹੋਵੇ ਉਹਨੇ ਫੈਸਲੇ ਕਰਨੇ ਹੁੰਦੇ ਆ ਕੋਈ ਵਾਅਦੇ ਨਹੀਂ ਕਰਨੇ ਵਾਅਦੇ ਤੇ ਆਪੋਜੀਸ਼ਨ ਕਰੂ ਕੇਜਰੀਵਾਲ ਕਰੂ ਸੁਖਬੀਰ ਸਿੰਘ ਬਾਦਲ ਕਰ ਹੋਰ ساری ਜਿਹੜੀ ਆ ਕੈਪਟਨ ਸਾਹਿਬ ਇਹ ਸਾਰੇ ਵਾਦੇ ਕਰ ਗਏ ਸੁਖਵਿੰਦਰ ਇਹ ਮੈਂ ਹੁਣ ਇਸ ਗੱਲ ਤੇ ਫੋਕਸ ਕਰਕੇ ਗੱਲ ਕਹਿਣਾ ਕਿ ਕਿਸੇ ਨੂੰ ਵੀ ਇਸ ਗੱਲ ਦਾ ਬਹੁਤਾ ਦੁੱਖ ਜਾਂ ਹੋਰ ਦਰਦ ਨਹੀਂ ਹੋਣਾ ਚਾਹੀਦਾ ਕਾਰਨ ਇਹ ਆ ਉਹ ਪਿੰਡ ਦੇ ਵਿੱਚ ਸਾਡੇ ਕਹਿੰਦੇ ਹੁੰਦੇ ਸੀਗੇ ਕਿ ਕੋਈ ਇੱਕ ਬੰਦਾ ਬੜਾ ਅਥਰਾ ਜਿਆ ਸੀਗਾ ਰੋਜ਼ ਉਹਨੇ ਕੋਠੇ ਤੇ ਛੱਡ ਜਾਣਾ ਉਹਨੇ ਕਹਿਣਾ ਲੈ ਲਾਲਾ ਮੈਂ ਕੋਠੇ ਤੋਂ ਲੱਗਾ ਛਾਲ ਮਾਰ ਲੈ ਲਾਲਾ ਮੈਂ ਕੋਠੇ ਤੋਂ ਇਤਰਾ ਕਹਿ ਕੇ ਉਹਨੇ ਤਾਰੂ ਬੋਤਲ ਜੋਗੇ ਪੈਸੇ ਪੁੱਛੇ ਲੈ ਲੈਣੇ ਲਾਲੇ ਤੋਂ ਡਰਾ ਕੇ ਲਾਲੇ ਨਿਕਾਣਾ ਜਬ ਮਰ ਗਿਆ ਤੇ ਮੈਂ ਕਿੱਥੇ ਜੇਲ੍ਹ ਚ ਜਾਊਂਗਾ ਉਹ ਬੜਾ ਤੰਗ ਹੋਇਆ ਸੀ 1 ਮਹੀਨੇ ਜਦੋਂ ਇੰਜ ਕਰਦਾ ਕਰਦਾ ਉਹਨੇ ਇੱਕ ਦਿਨ ਤੰਗ ਆ ਕੇ ਕਿਹਾ ਵੀ ਤੂੰ ਮਾਰ ਹੀ ਲੈ ਛਾਲ ਛਾਲ ਕੇ ਨੇ ਮਾਰਨੀ ਸੀ ਉਹ ਤੇ 4 ਪੈਸੇ ਲੈਣੇ ਹੁੰਦੇ ਸੀ ਉਹ ਹਾਲਤ ਹੁਣੇ ਵੀ ਮਜੀਠੀਆ 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 ਨਿਆਂ ਕਰਤਾ ਸਾਡੇ ਨਵਜੋਤ ਸਿੱਧੂ ਭਾਈ ਵੀ ਇਸ ਗੱਲ ਦੇ ਉੱਤੇ ਐ ਠੋਕੇ ਕਹਿੰਦੇ ਆ ਕੇਜਰੀ ਵਾਲ ਤੇ ਮਾਫੀ ਮੰਗ ਚੁੱਕਾ ਨੌਜੂਤ ਨਹੀਂ ਉਹ ਉਹ ਸਵਾਦਾ ਬੰਦਾ ਉਹ ਜੇ ਕਹੂਗਾ ਤੇ ਲੰਗਾ ਰਹੂਗਾ ਅੱਜ ਵੀ ਮੀਡੀਆ ਤੋਂ ਕਮੈਂਟ ਕਿਸੇ ਨੇ ਇਹੋ ਜੋ ਮੰਗੇ ਮੰਗੇ ਉਹਨੇ ਬਹੁਤੇ ਨਹੀਂ ਕੀਤੇ ਹੁਣ ਰਹੀ ਗੱਲ ਹੈ ਅਕਾਲੀ ਦਲ ਦੀ ਮੈਨੂੰ ਲੱਗਦਾ ਕਿ ਅਕਾਲੀ ਦਲ ਨੂੰ ਵੀ ਇਸ ਗੱਲ ਤੇ ਖੁਸ਼ ਹੋਣਾ ਚਾਹੀਦਾ ਕੋਈ ਡਰਨ ਦੀ ਕੋਈ ਧਮਕੀਆਂ ਦੇਣ ਦੀ ਕੋਈ ਕੀ ਲੋੜ ਹੈ ਤਿਲ ਮਲਾਉਣ ਦੀ ਐਫ ਆਈ ਆਰ ਕੀਤੀ ਆ ਅਕਾਲੀ ਦਲ ਦਾ ਸਟੈਂਡ ਬੜਾ ਸਾਫ ਹੈ ਕਿ ਇਹ ਤੇ ਗੁਰਸਿੱਖ ਬੰਦੇ ਹੈਗੇ ਆ ਇਹਨਾਂ ਦਾ ਤੇ ਬਹੁਤ ਹੀ پاک ਜੀਵਨ ਹੈਗਾ ਮਜੀਠੀਆ ਤੇ ਚੰਗਾ ਸਭ ਕੋ ਇੱਕ ਵਾਰੀ ਜਿਹੜੀ ਰੋਜ ਦਾ ਲੈ 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 ਕੋਠੇ ਤੋਂ ਡਿੱਗਿਆ ਉਹ ਵਾਲਾ ਇੱਕ ਦਿਨ ਕੰਮ ਇਹ ਸਿੱਖਾ ਟੁੱਟ ਜਾਏ ਨਾ ਬਿੱਲੀ ਦਾ ਬਿਲਕੁਲ ਹੈ ਨਾ ਸਾਰੇ ਜਿਹੜੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਦੇ ਆ ਮਜੀਠੀਆ ਦਾ ਨਾਮ ਲੈ ਕੇ ਕਈਆਂ ਨੇ ਚੋਣਾਂ ਜਿੱਤ ਲਈਆਂ ਕਈਆਂ ਨੇ ਗਾਂਹ ਜਿੱਤੀ ਜਾਣੀਆਂ ਇਹ ਇੱਕ ਵਾਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਲੱਗ-ਅਲੱਗ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਐਸ ਗੱਲ ਦੀ ਜਿੱਥੇ ਹੋਰ ਨਾਲ ਲੋਕਾਂ ਨੂੰ ਵੀ ਰਾਹਤ ਹੋਊਗੀ ਜਿਹੜੇ ਬਾਰ-ਬਾਰ ਦੋਸ਼ ਲਾਉਂਦੇ ਸੀ ਉਥੇ ਇਸ ਗੱਲ ਦੀ ਖੁਸ਼ੀ ਤੇ ਰਾਹਤ ਵਾਲੀ ਖਬਰ ਅਕਾਲੀ ਦਲ ਲਈ ਵੀ ਹੋਣੀ ਚਾਹੀਦੀ ਹੈ ਜੇ ਤੁਸੀਂ ਪਾਕ ਦਮਨ ਹੈਗੇ ਤੁਹਾਨੂੰ ਕਿਸ ਗੱਲ ਦੀ ਡਰ ਗੰਗ ਪੁੱਤ ਚੋਰਾ ਨਾ ਖੇਡੇ ਉਹਦਾ ਕੀ ਜਾਨਾ ਹੈਨਾ ਉਹਦੇ ਤੇ ਕੀ ਲੈ ਲੋਗੇ ਕੀ ਲੈ ਲੋਗੇ ਉਹਦੇ ਕੋਲ ਉਹਦੇ ਚੋਰਾ ਨਾ ਖੇਡੂ ਉਹਦੇ ਕੋਲ ਲਈ ਲੈ ਹੈ ਹੀ ਨਹੀਂ ਕੁਝ ਜਿਆਦੇ ਹੈ ਹੀ ਸਾਫ ਜਿਵੇਂ ਕਿ ਅਕਾਲੀ ਦਲ ਕਲੇਮ ਕਰਦਾ ਤੇ ਮੈਨੂੰ ਲੱਗਦਾ ਇਹਨਾਂ ਨੂੰ ਸਗੋਂ ਇੱਕ ਸਰਟੀਫਿਕੇਟ ਮਿਲ ਜੂਗਾ ਗਾਂ ਤੋਂ ਪੱਕਾ ਬਿਲਕੁਲ ਤੇ ਦੇਖੋ ਐਫ ਆਈ ਆਰ ਦਰਜ ਕਰਕੇ ਦੇਖ ਲਈ ਸਾਰਾ ਕੁਝ ਕਰਕੇ ਦੇਖ ਲਿਆ ਕੀ ਨਿਕਲਿਆ ਕੁਝ ਨਹੀਂ ਨਿਕਲਿਆ ਇਸ ਲਈ ਪਰ ਪਰ ਜਿਹੜਾ ਰੰਧਾਵਾਜੀ ਜਾਂ ਕਾਂਗਰਸ ਪਾਰਟੀ ਕਰ ਰਹੀ ਹੈ ਇਸ ਵੇਲੇ ਪਾਰਟਲੀ ਤੇ ਆਪਣੇ ਉਸ ਗੱਲ ਤੋਂ ਨਿਕਣ ਲਈ ਕਿ ਦੇਖੋ ਜੀ ਅਸੀਂ ਵਾਅਦਾ ਕੀਤਾ ਸੀ ਤੁਹਾਡਾ ਕੰਦੇਸ਼ੇ ਖਤਮ ਕਰਾਂਗੇ ਇੱਕ ਅਸੀਂ ਵੱਡੇ ਮਗਰਮਾਸ਼ ਨੂੰ ਫੜ ਕੇ ਤੇ ਆਹ ਦੇਖੋ ਤੁਹਾਡੇ ਸਾਹਮਣੇ ਐਫ ਆਈ ਆਰ ਦਰਜ ਕਰ ਲਈਆ ਡੀ ਜੀ ਪੀ ਵੀ ਬਦਲਨੇ ਪਏ ਹੋਰ ਵੀ ਬਹੁਤ ਪਾਪੜ ਵੇਲਣ ਇਹ ਪਈ ਚਟੋਪਾਦੀ ਆਏ ਆਏ ਸੋਤਾ ਜੀ ਗਏ ਉਦੋਂ ਪਹਿਲੇ ਵਾਲਾ ਡੀਜੀਪੀ ਵੀ ਗਿਆ ਤੇ ਅਸੀਂ ਕਿੰਨੀ ਮਿਹਨਤ ਏਜੀ ਵੀ ਬਦਲਣਾ ਪਿਆ ਜਿਹਨੇ ਕਿਹਾ ਕਿ ਹਾਂ ਜੀ ਕਰ ਲਓ ਜੀ ਪਹਿਲੀ ਦਸੰਬਰ ਨੂੰ 2 ਨੂੰ ਫਿਰ ਹੋਇਆ ਫਿਰ 17 ਨੂੰ ਹੋਇਆ 17 ਆ ਸਾਰੀ ਦਿਹਾੜੀ মিডিਆ ਲੱਗਾ ਰਿਹਾ ਐਸੇ ਗੱਲ ਤੇ ਕਿਹੜੀ ਤਰੀਕ ਨੂੰ ਕੀ ਹੋਇਆ ਟੇਵੇ ਬਹੁਤ ਲੌਂਦਾ মিডিਆ ਉਹ ਸਾਰੇ ਸਾਰੇ ਕਰਕੇ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਕਿੰਨਾ ਕੁ ਇਹਦੇ ਭਰਮ ਭਾ ਹੈ ਤੇ ਕਿੰਨੀ ਕ ਅਸਲੀਅਤ ਹੈ ਜੇ ਐਫ ਆਈ ਆਰ ਸੋਲਿਡ ਕੀਤੀ ਹੋਊਗੀ ਤਾਂ ਫਿਰ ਸਚਾਈ ਸਾਹਮਣੇ ਆਊਗੀ ਤੇ ਜੇ ਅਜੇ ਵੀ ਸਿਰਫ ਰਾਜਨੀਤੀ ਕਰਨੀ ਆ ਅਸਲੀਅਤ ਤੱਕ ਨਹੀਂ ਪਹੁੰਚਣਾ ਤਾਂ ਇਸ ਨੂੰ ਸਿਰਫ ਮੁੱਦਾ ਬਣਾ ਕੇ ਕਿ ਦੇਖੋ ਜੀ ਅਸੀਂ ਕਿੰਗਪਿੰਡ ਫੜ ਲਿਆ ਫੜ ਲਿਆ ਫੜ ਲਿਆ ਦਾ ਰੌਲਾ ਪਾਉਣਾ ਤਾਂ ਫਿਰ ਨਾ ਤੇ ਕਿੰਗਪਿੰਡ ਫੜਿਆ ਜਾਣਾ ਕੋਰਟਾਂ ਚੋਂ ਇਨਸਾਫ ਲੈਣਾ ਬਹੁਤ ਔਖਾ ਹੁੰਦਾ ਆ ਔਰ ਨਾ ਹੀ ਨਸ਼ੇ ਦੀ ਜਿਹੜੀ ਤਸਕਰੀ ਆ ਉਹ ਰੁਕਣੀ ਆ ਤੇ ਨਾ ਹੀ ਉਹਨਾਂ ਦੇ ਪੀੜਤਾਂ ਦੀ ਗਿਣਤੀ ਘਟਣੀ ਆ ਅਸਲੀਅਤ ਇਹ ਐ ਕਿ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਕਿਸੇ ਰੂਪ ਦੇ ਵਿੱਚ ਵੀ ਪੰਜਾਬ 'ਚ ਘਟਿਆ ਨਹੀਂ ਚਰਚਾ ਭਾਵੇਂ ਉਹਦੀ ਘਟ ਗਈ ਹੋਵੇ ਹਾਂਜੀ ਬਿਲਕੁਲ ਬਿਲਕੁਲ ਮੈਂ ਇਸੇ ਸਵਾਲ ਤੇ ਆਉਣ ਲੱਗਾ ਸੀ ਪ੍ਰੋਫੈਸਰ ਸਾਹਿਬ ਲੋਕ ਕਹਿੰਦੇ ਕਿ ਚਲੋ ਜੇ ਬਾਦਲ ਹੁਣ ਕਹਿ ਰਹੇ ਨੇ ਕਿ ਸਾਨੂੰ ਗ੍ਰਿਫਤਾਰ ਕਰ ਲਓ ਇਹ ਗੇਮ ਇੱਥੇ ਤਾਂ ਰੁਕਦੀ ਨਜ਼ਰ ਨਹੀਂ ਆਉਂਦੀ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਉਹ ਸਾਬਕਾ ਡੀਜੀਪੀ ਸੁਮੇਤ ਸੈਣੀ ਦਾ ਮਸਲਾ ਹਾਲੇ ਵੀ ਚੱਲ ਰਿਹਾ ਉਹਦੇ ਵਿੱਚ ਜੇ ਉਹ ਖੁੱਲਦਾ ਤਾਂ ਉਹਨੂੰ ਲੈ ਕੇ ਜੇ ਬਾਦਲ ਸਾਹਿਬ ਕਹਿੰਦੇ ਕਿ ਮੈਨੂੰ ਫੜ ਲਓ ਤੇ ਕੀ ਪਤਾ ਲੱਗਦਾ ਹੈ ਉਧਰ ਨੂੰ ਵੀ ਤੁਰ ਪੈਣਾ ਬੇਅਦਬੀ ਦਾ ਹਿਸਾਬ ਵੀ ਕਹਿੰਦੇ ਕਰ ਦੇਣ ਫਿਰ ਨਸ਼ਿਆਂ ਦਾ ਵੀ ਹਿਸਾਬ ਕਰ ਦੇਣ ਠੀਕ ਹੈ ਮਜੀਠੀਆਂ ਨੂੰ ਫੜ ਲਿਆ ਜਿੰਨੂੰ ਮਰਜ਼ੀ ਫੜ ਲੈਣ ਵੱਡੇ ਛੋਟੇ ਮਗਰਮ ਜਿੰਨੇ ਫੜਨੇ ਆ ਫੜ ਲੈਣ ਪਰ ਲੋਕ ਕਹਿੰਦੇ ਕਿ ਇਹਦੇ ਨਾਲ ਪੰਜਾਬ ਦਾ ਕੀ ਭਲਾ ਆ ਤੁਸੀਂ ਇਹਦੇ ਸਿਰ ਤੇ ਵੋਟਾਂ ਲੈ ਲੈਣੀਆਂ ਆ ਕੀ ਨਸ਼ਾ ਰੁਕ ਜਾਏਗਾ ਕੀ ਪੰਜਾਬ ਚ ਬੇਅਦਬੀਆਂ ਰੁਕ ਜਾਣਗੀਆਂ ਕੀ ਹੋਇਆ ਪੰਜਾਬ ਦਾ ਭਵਿੱਖ ਕੀ ਹੈ ਇਹਦੇ ਵਿੱਚ ਤੁਹਾਡੀ ਸਿਆਸਤ ਦੇ ਵਿੱਚ ਸੁਖਵਿੰਦਰ ਗੱਲ ਬੜੀ ਸਾਫ਼ ਹੈਗੀ ਹੈ ਕਿ ਮੈਂ ਵੀ ਸੁਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕਿਹਾ ਮਿੰਨੂ ਵੀ ਜੇਲ੍ਹ ਚਲੇ ਆ ਜੋ ਇੱਕ ਉਹ ਇੱਕ ਰਾਜਨੀਤਿਕ ਝੁੰਟੜੇ ਬਾਜੀ ਹੈਗੀ ਅੱਜ ਸੁਖਵੀਰ ਬਾਦਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਵੀ ਬੜੇ ਗੁੱਸੇ ਦੇ ਵਿੱਚ ਸੀ ਇਸ ਤਰੀਕੇ ਨਾਲ ਚੰਦੂ ਮਾਜਰੇ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਬੋਖਦੇ ਸਿੰਘਾਂ ਨੂੰ ਹੱਥ ਪਾ ਕੇ ਇਹੋ ਜਿਹਾ ਵੀ ਉਹਨਾਂ ਨੇ ਕੁਝ ਦਬਕਾ ਮਾਰਿਆ ਕਿ ਤੁਸੀਂ ਹੁਣ ਮੈਦਾਨ ਚ ਉਤਰੋ ਅਸੀਂ ਤੁਹਾਨੂੰ ਭਜਾਵਾਂਗੇ ਦੇਖਾਂਗੇ ਅਕਾਲੀ ਦਲ ਦਾ ਇਤਿਹਾਸ ਇਹੋ ਜਿਹਾ ਉਹ ਹੁਣ ਗੱਲ ਅਲੱਗ ਆ ਕੇ ਵਿੱਚ ਵਿੱਚ ਗੱਲਾਂ ਇਹ ਵੀ ਚੱਲ ਪੇਰਦੀਆਂ ਆ ਕਿ ਚੰਦੂ ਮਾਜਰਾ ਪਤਾ ਨਹੀਂ ਅਕਾਲੀ ਦਲ ਚ ਰਹਿਣਾ ਕਿ ਕਿੱਧਰ ਜਾਣਾ ਇਹ ਬੜਾ ਹੀ ਕੁਛ ਇਥੇ ਅਜੀਬੋ ਗਰੀਬ ਕੁਛ ਹੋ ਰਿਹਾ ਆ ਉਹਨਾਂ ਨੇ ਅੱਜ ਉਹਨਾਂ ਨੇ ਵੀ ਇੱਕ ਅਲੱਗ ਪ੍ਰੈਸ ਕਾਨਫਰੰਸ ਦਰ ਸਿੰਘ ਉਹਨਾਂ ਨੇ ਕੀਤੀ ਕਾਫੀ ਇਹ ਜਿਹੜੀ ਵੱਡੀ ਖਬਰ ਸੀ ਐਫ ਆਈ ਆਰ ਦਰਜ ਕਰਨੀ ਔਰ ਜਿਹੜਾ ਨਸ਼ੇ ਵਾਲਾ ਕਾਨੂੰਨ ਹੈਗਾ ਉਹਦੀ ਧਾਰਾ 25 27ਏ ਤੇ 29 ਦੇ ਤਹਿਤ ਕੀਤੀ ਗਈ ਆ ਕਿਸੇ ਵੇਲੇ ਰੈਸ਼ਟ ਵੀ ਹੋ ਸਕਦੀ ਆ ਇਸੇ ਕਰਕੇ ਚਰਚਾ ਆਏ ਆ ਕਿ ਉਹ ਦਿਖ ਨਹੀਂ ਰਹੇ ਤੁਸੀਂ ਜਿਵੇਂ ਦੱਸਿਆ ਯਾਕੀ ਸਿਕਿਉਰਟੀ ਵੀ ਖਾਲੀ ਤੁਰੀ ਫਿਰਦੀ ਆ ਕਿ ਉਹਨੂੰ ਸਿਕਿਉਰ ਕਰ ਗਏ ਹੁਣ ਬੰਦਾ ਤੇ ਜਿਹਦੇ ਤੇ ਜਿਹਦੇ ਤੇ ਅਸੀਂ ਡਿਊਟੀ ਲਾਈ ਗਈ ਸੀ ਉਹ ਬੰਦੇ ਤੇ ਹੁਣ ਦੇਖਦੇ ਨਹੀਂ ਇਹ 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 ਪਤਾ ਲੱਗੂਗਾ ਪਰ ਮੇਰਾ ਖਿਆਲ ਆ ਕਿ ਭਾਵੇਂ ਇਸ ਸਿਕੁੰਦਰ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ ਇਨ੍ਹਾਂ ਗੱਲਾਂ ਦੇ ਉੱਤੇ ਸਿਰਫ ਤੇ ਸਿਰਫ ਰਾਜਨੀਤਿਕ ਲਾਹਾ ਲੈਣ ਵਾਲੋਂ ਧਰਤਲ ਦੇ ਉੱਤੇ ਇਸ ਮਸਲੇ ਦੀ ਇੱਕ ਤੈਅशुदा ਸਕੀਮ ਉਹਦਾ ਹੋਣੀ ਚਾਹੀਦੀ ਹੈ ਕਿ ਕਿਵੇਂ ਅਸੀਂ ਉਹ ਸਾਰੇ ਦੇ ਸਾਰੇ ਜਿਹੜੇ ਵਿਕਟਮ ਹੈਗੇ ਪੀੜਤ ਹੈਗੇ ਨੌਜਵਾਨ ਖਾਸ ਕਰਕੇ ਉਹਦੇ ਚ ਦੋਵੇਂ ਜੈਂਡਰ ਦੇ ਹੋ ਸਕਦੇ ਆ ਔਰਤਾਂ ਵੀ ਮਰਦ ਵੀ ਸਾਰੇ ਹੋ ਸਕਦੇ ਆ ਅਸੀਂ ਉਹਨਾਂ ਨੂੰ ਕਿਵੇਂ ਦੁਬਾਰਾ ਆਮ ਜੀਵਨ ਦੇਣਾ ਉਹ ਵੀ ਇੱਕ ਵੱਡਾ ਸਰਕਾਰ ਦੇ ਸਾਹਮਣੇ ਕਿਉਂਕਿ ਇਹਨਾਂ ਨੇ ਸਾਰਾ ਤਬਾਈ ਕੀਤੀ ਤੇ ਉਸ ਤਬਾਈ ਚੋਂ ਬਾਹਰ ਕੱਢ ਕੇ ਉਹਨਾਂ ਨੂੰ ਇੱਕ ਆਮ ਵਾਲਾ ਜੀਵਨ ਕਿਵੇਂ ਦੇਣਾ ਉਸ ਦੀ ਵੀ ਪਲੈਨਿੰਗ ਹੋਣੀ ਚਾਹੀਦੀ ਹੈ ਹਾਂਜੀ ਸਿਕੰਦਰ ਪਲੈਨਿੰਗ ਤਾਂ ਹੋਣੀ ਚਾਹੀਦੀ ਹੈ ਪ੍ਰੋਫੈਸਰ ਜਦੋਂ ਅਸੀਂ ਭਾਜਪਾ ਦੀ ਗੱਲ ਕਰਦੇ ਹਾਂ ਉਹ ਕਹਿੰਦੇ ਕਿ ਸਾਡੇ ਕੋਲੇ ਨਵਾਂ ਪੰਜਾਬ ਬਣਾਉਣ ਲਈ ਸਾਰੀ ਪਲੈਨਿੰਗ ਹੈ ਜਿਹੜੇ ਭਾਈਵਾਲ ਕਦੇ ਅ ਅਕਾਲੀ ਦਲ ਸੀਗੇ ਹੁਣ ਭਾਈਵਾਲ ਬਣ ਗਏ ਨੇ ਕੈਪਟਨ ਅਮਰਿੰਦਰ ਸਿੰਘ ਤੇ ਆਪਣੇ ਇਦਾਂ ਲੱਗਦਾ ਕਿ ਆਪਣੇ ਜਿੰਨੇ ਵੀ ਉਹਨਾਂ ਦੇ نزدیکی ਨੇ ਉਹਨਾਂ ਨੂੰ ਭਾਜਪਾ ਦੇ ਵਿੱਚ ਪਿੱਟ ਕੀਤਾ ਜਾ ਰਿਹਾ ਰਾਣਾ ਸੋਢੀ ਦਾ ਜਾਣਾ ਉਸ ਤੋਂ ਬਾਅਦ ਹੋਰ ਵੱਡੇ ਚਿਹਰਿਆਂ ਦਾ ਵੀ ਕਹਿੰਦੇ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਭਾਵੇਂ ਉਹ ਸਾਬਕਾ ਹੋਣ ਭਾਵੇਂ ਮੌਜੂਦਾ ਹੋਣ ਉਹ ਸਾਰੇ ਕਹਿੰਦੇ ਭਾਜਪਾ ਵਾਲਿਆਂ ਨੇ ਆਪਣੇ ਕਲਾਬ ਵਿੱਚ ਲੈ ਲੈਣੇ ਨੇ ਤੇ ਪੰਜਾਬ ਦਾ ਕਰਜ਼ਾ ਵੀ ਮਾਫ਼ ਕਰ ਦੇਣਾ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇਣਾ ਕਿਸਾਨਾਂ ਦਾ ਵੀ ਮਸਲਾ ਹੱਲ ਕਰ ਦੇਣਾ ਤੇ ਕੈਪਟਨ ਸਾਹਿਬ ਨੂੰ ਬੜਿਆਂ ਤੜਿਆਂ ਮੁੱਖ ਮੰਤਰੀ ਕਹਿੰਦੇ ਬਣਾ ਦੇਣਾ ਪੰਜਾਬ ਦੇ ਵਿੱਚ ਦੇਖੋ ਜਿਹੜੀ ਬੀਜੇਪੀ ਆ ਉਹ ਗੰਗਾ ਜਮਨਾ ਭਗਤ ਹੈਗੇ ਆ ਉਹਨਾਂ ਕੋ ਇਹੋ ਜਿਹਾ ਸੁੱੱਚਾ ਪਾਣੀ ਆ ਚੋਰ ਚੱਕਾ ਜੋ ਵੀ ਚੋਰ ਸਮਗਲਰ ਫੜ ਕੇ ਜੇ ਲੈ ਜਾਣ ਆਪਣੇ ਚ ਉਹ ਅਗਲੇ ਦਿਨ ਹੀ ਸਾਫ ਸੁਥਰਾ ਹੋ ਜਾਂਦਾ ਵਾ ਮੜ ਜਾ ਪਾਣੀ ਦਾ ਛੜਕਾਓ ਮਾਰਦੇ ਆ ਬਸ ਧੁੱਤਾਂ ਜਾਂਦਾ ਸਾਰਾ ਕੁਝ ਸਾਫ ਹੋ ਜਾਂਦਾ ਪਹਿਲਾਂ ਵੀ ਬੀਜੇਪੀ ਕਾਂਗਰਸ ਵਿੱਚੋਂ 100 150 ਬੰਦਾ ਲਿਜਾ ਕੇ ਉਹ ਐਮਪੀ ਬਣੇ ਹੋਏ ਆ ਹੁਣ ਫੇਰ ਉਹ ਹੀ ਹਰ ਵਾਰੀ ਕੁੰਡੀਆਂ ਲਾਉਂਦੇ ਆ ਉਹ ਤੇ ਗੇਤਰ ਲੋ ਮੱਛੀ ਹੋਏ ਆ ਕਿ ਜਿੱਥੇ ਸੱਤਾ ਹੋਵੇ ਮੱਛੀ ਤੇ ਉਧਰ ਨੂੰ ਜਾਂਦੀ ਜਿੱਥੇ ਚੋਗਾ ਹੋਵੇ ਸੱਤਾ ਬੀਜੇਪੀ ਕੋਲ ਆ ਭੱਜੇ ਜਾਂਦੇ ਆ ਆਪਣੀਆਂ ਅੰਦਰੋਂ ਅੰਦਰੀ ਉਹਨਾਂ ਦੇ ਯਾਨੀ ਕਾਲ ਪਈ ਹੋਈ ਆ ਕਿ ਹੁਣ ਅਸੀਂ ਕਿਹੜਾ ਜਾਈਏ ਰਾਣਾ ਛੋਡੀ ਅੱਜ ਗਿਆ ਰਾਣਾ ਛੋਡੀ ਦੀ ਗੱਲ ਸੁਣ ਲਓ ਮੈਂ ਤੇ ਇੰਨਾ ਸਾਡਾ ਫੇਰ ਜਿਹੜਾ ਸ਼ਰਮਨਾ ਝੁੱਕ ਜਾਂਦਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਮੋਦੀ ਦੀਆਂ ਤਰੀਫਾਂ ਕਰ ਰਹੇ ਸੀ ਭਈ ਦੇਸ਼ ਦੇ ਵਿੱਚ ਜੇ ਧਰਮ ਨਿਰਪੱਖਤਾ ਜੇ ਤੁਸੀਂ ਸੈਕੂਲਰਿਜ਼ਮ ਨੂੰ ਡੂੰਗਾ ਕਰਨਾ ਤੇ ਇਹਦੇ ਨਾਲੋਂ ਵੱਡਾ ਮਹਾਨ ਕੋਈ ਲੀਡਰ ਹੋਰ ਹੈ ਹੀ ਨਹੀਂ ਜੇ ਭਾਜਪਾ ਜਿੱਤੇ ਉਹਨਾਂ ਦੀ ਜਿਹੜੀ ਬੈਕ ਦੇ ਉੱਤੇ ਆਰਐਸਐਸ ਹੈਗੀ ਆ ਖਾਸ ਕਰ ਭਾਜਪਾ ਜਿਹੜਾ ਆਪਾਂ ਜਿ ਆਰਐਸਐਸ ਨੂੰ ਛੱਡ ਵੀ ਲਓ ਉਹਨਾਂ ਚ ਕਈ ਕਿਸਮ ਦੇ ਵਿੰਗ ਹੈਗੇ ਆ ਤਾਂ ਭਾਜਪਾ ਜੇ ਉਹ ਇਥੇ ਰਾਮ ਰਾਜ ਜਾਂ ਹਿੰਦੂ ਰਾਸ਼ਟਰ ਨਹੀਂ ਚਾਹੁੰਦੀ ਤਾਂ ਫਿਰ ਕਿਹੜੀ ਆ ਵੀ ਹੋਰ ਪਾਰਟੀ ਫਿਰ ਤੇ ਸਾਰੇ ਹੀ ਸੈਕੂਲਰ ਆ ਫਿਰ ਤੇ ਕੋਈ ਦਿੱਕਤ ਹੀ ਨਹੀਂ ਹੈਗੀ ਐਨੀ ਤੁਸੀਂ ਚਮਚੀ ਮਾਰਦੇ ਜਾਂਦਿਆਂ ਹੀ ਕਿ ਐਨਾ ਹੀ ਤੁਸੀਂ ਇੰਨਾ ਬੰਦਿਆਂ ਤੇ ਕੌਣ ਬੰਦਾ ਭਰੋਸਾ ਕਰੂਗਾ ਤੁਸੀਂ ਗਏ ਆਂ ਅੰਦਰ ਤੁਹਾਨੂੰ ਕੋਈ ਪ੍ਰਸ਼ਾਦਾ ਮਿਲ ਹੀ ਜਾਊਗਾ ਇਹੋ ਜੀ ਕੋਈ ਗੱਲ ਥੋੜੀ ਜੇ ਤੁਹਾਡੀ ਕੋਈ ਗੱਲ ਪਹਿਲਾਂ ਹੋਈ ਹੋਊਗੀ ਉਹ ਮਿਲ ਜਾਊਗਾ ਤੁਹਾਨੂੰ ਪਰ ਐਨੀ ਜਾਂਦਿਆਂ ਹੀ ਤੁਸੀਂ ਰਾਤੋਂ ਰਾਤ ਕੱਲ ਤੱਕ ਕੁਝ ਹੋਰ ਅੱਜ ਤੱਕ ਕਿਦਾਂ ਇਹ ਬੰਦੇ ਬਦਲ ਜਾਂਦੇ ਆ ਕਿਦਾਂ ਇਹਨਾਂ ਦਾ ਦਿਮਾਗ ਬਦਲ ਜਾਂਦਾ ਤੂੰ ਮੇਰੀ ਤੇ ਸੋਚ ਤੋਂ ਬਿਲਕੁਲ ਬਾਹਰ ਆ ਮੈਂ ਤੇ ਐਨਾ ਨਰਾਸ਼ ਹੁੰਨਾ ਕਿ ਜਿਹੜੀਆਂ ਲਗ ਲਗ ਦੁਕਾਨਾਂ ਪਾਈਆਂ ਆ ਇਹ ਤੇ ਕੋਈ ਇਹਦਾ ਅਰਥ ਹੀ ਨਹੀਂ ਹੈਗਾ ਤਾਂ ਕਿ ਮੈਂ ਕੱਲ ਦੁਖੀ ਹੋ ਕੇ ਆਪਣੀ ਇਸ ਗੱਲ 'ਚ ਕਿਹਾ ਸੀਗਾ ਕਿ ਜਿੰਨੇ ਜਾਣਾ ਧੜਾ ਧੜ ਬੀਜੇਪੀ 'ਚ ਜਾਣਾ ਚਾਹੀਦਾ ਉਥੋਂ ਮਾਲ ਬਹੁਤ ਆ ਪਿਆ ਜਿੰਨੇ ਮੂੰਹ ਮਾਰਨਾ ਜਾ ਕੇ ਮਾਰੋ ਜਿੰਨੇ ਜੋ ਵੀ ਬੋਰੀਆਂ ਪੈਸੇ ਦੀਆਂ ਭਰ ਕੇ ਚੱਕੜੀਆਂ ਚੱਕ ਲਓ ਪਈਆਂ ਆ ਤੁਹਾਡੀਆਂ ਹੀ ਆ ਤੁਸੀਂ ਲੈ ਲਓ ਜਾ ਕੇ ਪਰ ਫੇਰ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਪੰਜਾਬ ਦਾ ਮੇਰੇ ਦਿਲ ਚ ਦਰਦ ਆ ਗਰੀਬਾਂ ਦਾ ਦਰਦ ਆ ਦਲਤਾਂ ਦਾ ਔਰਤਾਂ ਦਾ ਦਰਦ ਸੰਤੇ ਨੀਂਦ ਨਹੀਂ ਆਉਂਦੀ ਅਸੀਂ ਸਾਰਿਆਂ ਦੇ ਅਥਰੂ ਪੂਜ ਪੂਜ ਕੇ ਐਨ ਅਸੀਂ ਖੁਸ਼ਹਾਲੀ ਜਿਹੜੀ ਆ ਲੈ ਮੰਗੇ ਇਹ ਗੱਲਾਂ ਕਿਉਂ ਕਰਦੇ ਆ ਤੁਸੀਂ ਕੌਣ ਤੁਹਾਡੇ ਤੇ ਭਰੋਸਾ ਕਰੂਗਾ ਇਸ ਵੇਲੇ ਰਾਜਨੀਤਿਕ ਜਮਾਤ ਦਾ ਜੋ ਖਿੱਲੀ ਉੱਡ ਰਹੀ ਹੈ ਔਰ ਜੋ ਲੋਕਾਂ ਦੀ ਜਿਸ ਵੱਡੇ ਪੱਧਰ ਤੇ ਬੇਵਿਸ਼ਵਾਸੀ ਆ ਐਸੇ ਕਰਕੇ ਦੋ ਬੰਨਿਆਨੀਆਂ ਜਾਨਾ ਗਈਆਂ ਕਿਸੇ ਨੂੰ ਕੋਈ ਭਰੋਸਾ ਨਹੀਂ ਇਹਨਾਂ ਦੇ ਨਾਲ ਸ਼ਬਦਾਂ ਤੇ ਨਾ ਇਹਨਾਂ ਦੀ ਸਿਸਟਮ ਤੇ ਅ ਜਿਹੜੀ ਬੇਅਦਬੀ ਦੇ ਹੋਣ ਵਾਲੇ ਕੇਸ ਜਿਹੜੇ ਹੋਏ ਆ ਸਨਿਚਿਤ ਦਿਹਾਤਵਾਰ ਉਹ ਐਸੇ ਕਰਕੇ ਜਾਨਾ ਗਈ ਉਹ ਕਹਿੰਦੇ ਜਿ ਇਹਨਾਂ ਨੂੰ ਫੜਾ ਲਾਂਗੇ ਇਹਨਾਂ ਦਾ ਕੋਈ ਇਹ ਜਿਹੜਾ ਰਾਣਾ ਸੋਢੀ ਨੇ ਅੱਜ ਜਿਹੜੀ ਆਪਣੇ ਬਿਆਨ ਦਿੱਤੇ ਆ ਕਿ ਮੈਂ ਤੇ ਐ ਨਹੀਂ ਕਹਿੰਦੇ ਵਧੀਆ ਘਰ ਚ ਆਇਆ ਮੈਂਨੇ ਭੁੱਲਾ ਹੀ ਫਿਰਦਾ ਸੀ ਕਾਂਗਰਸ ਚ ਇੰਨਾ ਚ ਤੇ ਮਨਿਸਟਰ ਕਿਉਂ ਬਣਿਆ ਸੀ ਕਹਦੇ ਸਾਰੀਆਂ ਸਾਰਾ ਉਹ ਮੇਰਾ ਬਹੁਤ ਗਲਤ ਸੀ ਮੇਰੀ ਮੇਰੀ ਬਹੁਤ ਵੱਡੀ ਭੁੱਲ ਸੀ ਸਾਰਾ ਕੁਝ ਕਹਿ ਦਿਓ ਨਾਲ ਚਾਰ ਨਾਰੇ ਪਾਕਿਸਤਾਨ ਦੇ ਵਿਰੁੱਧ ਮਾਰ ਦਿਓ 2 ਡਿਗਰੀ ਤੁਹਾਨੂੰ ਹੋਰ ਉੱਪਰ ਤਾਂ ਚੱਕ ਦੇਣਗੇ ਬੀਜੇਪੀ ਵਾਲੇ ਇਸ ਤਰੀਕੇ ਦੀ ਜਿਹੜੀ ਹਾਲਾਤ ਹੈ ਰਾਜਨੀਤਿਕ ਤੌਰ ਤੇ ਬਣੀ ਹੋਈ ਆ ਬੜੀ ਦੁੱਖ ਦੇਣ ਵਾਲੀ ਗੱਲ ਆ ਬੀਜੇਪੀ ਬਾਰੇ ਚਰਚਾ ਇਹ ਹੈ ਚੰਡੀਗੜ੍ਹ ਦਾ ਰੌਲਾ ਪਿਆ ਵੀ ਦੇ ਰਹੇ ਆ ਕਹਿੰਦੇ ਕੋ ਵੱਡੀ ਪੈਕੇਜ ਦੇ ਰਹੇ ਆ ਕੋਈ ਕਹਿੰਦਾ 20000 ਕਰੋੜ ਦੇ ਦੇਣਗੇ ਕੋਈ ਕਹਿੰਦਾ 10000 ਕਰੋੜ ਦੇ ਦੇਣਗੇ ਕੋਈ ਕਹਿੰਦਾ ਫਸਲਾਂ ਦਾ ਜਿਹੜਾ ਏਰ ਫੇਰ ਆ ਜਿਹੜੀ ਡਾਈਵਰਸੀਫਿਕੇਸ਼ਨ ਜਿਹਨੂੰ ਕਹਿੰਦੇ ਆ ਅਲੱਗ-ਅਲੱਗ ਵਿਪਿੰਤਾ ਫਸਲਾਂ ਦੀ ਜਿਹੜੀ ਆ ਉਸ ਦੇ ਉਸ ਨੂੰ ਲਾਗੂ ਕਰਨ ਜਾ ਰਹੇ ਆ ਕੋਈ ਕਹਿੰਦੇ ਕਰਜ਼ੇ ਮੁਕਤ ਕਰ ਦੇਣੇ ਆ ਪੈਸਾ ਉਹਨਾਂ ਕੋਲ ਹੈਗਾ ਜੇ ਸਿਰਫ ਤੁਸੀਂ ਸਾਰੀ ਰਾਜਨੀਤੀ ਨੂੰ ਇੱਕ ਪਾਸੇ ਰੱਖ ਕੇ ਸਾਡੇ ਰਾਜਨੀਤਿਕ ਲੋਕਾਂ ਨੇ ਪੈਸੇ ਦੇ ਭੋਖੜੇ ਦੇ ਪਿੱਛੇ ਜਾਣਾ ਨਿੱਜੀ ਲਈ ਲੋਕਾਂ ਲਈ ਨਹੀਂ ਨਿੱਜੀ ਲਈ ਜਾਣਾ ਤਾਂ ਫਿਰ ਫਿਰ ਬੀਜੇਪੀ ਤੇ ਠੀਕ ਹੈ ਜਾਂ ਫਿਰ ਬੀਜੇਪੀ ਦੀ ਕੀ ਦਿੱਕਤ ਹੈ ਜੀ ਉਹ ਐਨ ਢੱਲੇ ਨਾਲ ਆਉਣਗੇ ਤੇ ਤੁਸੀਂ ਦੇਖਦੇ ਤੇ ਦੇਖਦੇ ਰਹਿ ਜੋਗੇ ਉਹਨਾਂ ਨੇ ਸਾਰੀਆਂ ਗੋਟੀਆਂ ਫਿੱਟ ਕਰ ਲੀਆਂ ਬੰਦੇ ਜਿਹੜੇ ਨਾਲ ਹੈਗੇ ਆ ਹੋਰ ਵੀ ਲਾਈਨਾਂ ਕਹਿੰਦੇ ਆ ਕੁਝ ਕਾਂਗਰਸ ਚੋਂ ਲੱਗੀਆਂ ਹੋਈਆਂ ਹੋ ਸਕਦਾ ਕੋਈ ਅਕਾਲੀਆਂ ਚੋਂ ਵੀ ਮਲੂਕਾ ਸਾਹਿਬ ਦੀ ਫੋਟੋ ਚੱਲ ਰਹੀ ਸੀ ਫਿਰ ਉਹਨਾਂ ਦੇ ਬੱਚੇ ਨੇ ਕਹਿਤਾ ਕਿ ਨਹੀਂ 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 ਅਸੀਂ ਹੈਗੇ ਤੇ ਪੱਕੇ ਸਿਪਾਹੀ ਆ ਅਸੀਂ ਇੱਥੇ ਵਿੱਚੇ ਹੀ ਰਵਾਂਗੇ ਕੋਈ ਐਹੋ ਜੀ ਗੱਲ ਨਹੀਂ ਹੈਗੀ ਤਾਂ ਹੁਣ ਪਤਾ ਨਹੀਂ ਐਸਲੀਅਤ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਹੁੰਦਾ ਤੇ ਕਿੰਨਾ ਕੁ ਰਹਿ ਜਾਂਦਾ ਹੂੰ ਬਿਲਕੁਲ ਬਿਲਕੁਲ ਪ੍ਰੋਫੈਸਰ ਮੇਰਾ ਆਖਰੀ ਸਵਾਲ ਹੈ ਕਿ ਜਦੋਂ ਅਸੀਂ ਹੁਣ ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਆ ਕਿਸਾਨੀ ਅੰਦੋਲਨ ਖਤਮ ਹੋ ਚੁੱਕਿਆ ਰਾਜੇਵਾਲ ਸਾਹਿਬ ਜੋ ਕੁਝ ਬਿਆਨ ਦਿੰਦੇ ਨੇ ਉਹਦੀ ਅਹਿਮੀਅਤ ਬੜੀ ਵੱਧ ਜਾਂਦੀ ਹੈ ਜਦੋਂ ਕਹਿੰਦੇ ਨੇ ਕਿ ਹੁਣ ਬੀਜੇਪੀ ਦਾ ਵਿਰੋਧ ਕਰਨ ਦੀ ਕੀ ਲੋੜ ਹੈ ਪਿੱਛੇ ਜੋ ਗਰਾਹਾਂ ਸਾਹਿਬ ਦਾ ਬਿਆਨ ਸਾਹਮਣੇ ਆ ਗਿਆ ਸੀ ਉਹ ਕਹਿੰਦੇ ਹੁਣ ਕੋਈ ਵੀ ਕਾਂਗਰਸ ਦਾ ਵਿਰੋਧ ਨਹੀਂ ਕਰੇਗਾ ਉਧਰੋਂ ਜਿਹੜੇ ਆਪਣੇ ਚੜੂਨੀ ਸਾਹਿਬ ਨੇ ਉਹ ਪੰਜਾਬ ਵਿੱਚ ਵਿਚਰ ਰਹੇ ਨੇ ਆਪਣੀ ਪਾਰਟੀ ਬਣਾ ਕੇ ਤਾਂ ਫਿਰ ਖੁੱਲੇआम ਤੌਰ ਦੇ ਉੱਤੇ ਆ ਜਾਣਾ ਚਾਹੀਦਾ ਲੋਕਤੰਤਰ ਇਹ ਵੀ ਪੁੱਛਦੇ ਨੇ ਕਿ ਤੁਸੀਂ ਉੱਥੋਂ ਵਾਪਸੀ ਕਰਕੇ ਕਿਸਾਨ ਲੀਡਰਾਂ ਨੇ ਕਿਸ ਢੰਗ ਨਾਲ ਵਾਪਸੀ ਕੀਤੀ ਹੈ ਉਹਦੇ ਨਾਲ ਬੀਜੇਪੀ ਨੂੰ ਬਲ ਮਿਲਿਆ ਬੀਜੇਪੀ ਪੰਜਾਬ ਦੇ ਵਿੱਚ ਹੁਣ ਪੂਰੀ ਤਰ੍ਹਾਂ ਜਿੰਨੂੰ ਬਾਹਰ ਨਹੀਂ ਸੀ ਕਹਿੰਦੇ ਕੋਈ ਨਿਕਲਣ ਦਿੰਦਾ ਤੇ ਉਹ ਪੰਜਾਬ 'ਚ ਪੈਰ ਫੈਸਾਰ ਰਹੀ ਹੈ ਫੈਸਾਰਨਾ ਚਾਹੀਦਾ ਲੋਕਤੰਤਰ ਹੈ ਪਰ ਫਿਰ ਵੀ ਸਵਾਲ ਤਾਂ ਲੋਕ ਸ਼ੰਕੇ ਤਾਂ ਖੜੇ ਕਰਦੇ ਨੇ ਨਾ ਕਿ ਜਦੋਂ ਤੁਸੀਂ ਕਹੋ ਕਿ ਹੁਣ ਤਾਂ ਬੀਜੇਪੀ ਦੇ ਵਿਰੋਧੀ ਜ਼ਰੂਰਤ ਨਹੀਂ ਨੇ ਨਹੀਂ ਇਹ ਗੱਲ ਜਿਹੜੀ ਧਾਰਨਾ ਹੈ ਕਿ ਬੀਜੇਪੀ ਨੂੰ ਬਲ ਮਿਲਿਆ ਕਿਸਾਨ ਅੰਦੋਲਨ ਕਰਕੇ ਇਹ ਤਾਂ ਕੋਈ ਗੱਲ ਠੀਕ ਨਹੀਂ ਬਣਦੀ ਇਹ ਤੋਕ ਨਹੀਂ ਬਣਦੀ ਹੈ ਬੀਜੇਪੀ ਦੀ ਜੋ ਇੱਥੇ ਬੁਰੀ ਹਾਲਤ ਪੂਰੇ ਦੇਸ਼ ਦੇ ਵਿੱਚ ਪਛਮੀ ਬੰਗਾਲ ਦੇ ਵਿੱਚ ਯੂਪੀ ਚ ਬੈਕਪੋਰਟ ਤੇ ਕੀਤਾ ਉਹ ਹਾਲਤ ਬਹੁਤ ਬੁਰੀ ਆ ਉਸੇ ਬੁਰੀ ਹਾਲਤ ਨੂੰ ਢੱਕਣ ਲਈ ਔਰ ਲੋਕਾਂ ਦੇ ਵਿੱਚ ਆਪਣੀ ਸ਼ਬੀ ਨੂੰ ਦੁਬਾਰਾ ਬਣਾਉਣ ਲਈ ਉਹ ਇਹੋ ਜੇ ਪ੍ਰਪੋਜ਼ਲ ਲੈ ਕੇ ਆ ਰਹੇ ਆ ਆਪਾਂ ਉਲਟਾ ਨਾ ਸੋਚੀਏ ਹੁਣ ਰਹੀ ਗੱਲ ਅਗਰਾਹਾ ਸਾਹਿਬ ਦੀ ਕਹਿਣਾ ਬਿਲਕੁਲ ਠੀਕ ਹੈ ਕਿ ਜੇ ਆਪਾਂ 24 ਘੰਟੇ ਮਜਾਰੇ ਕਰਾਂਗੇ ਹਾਂ ਜਿਹੜੇ ਮਜਾਰੇ ਸਰਕਾਰ ਵਿਰੋਧ ਹੁੰਦੇ ਆ ਕਾਂਗਰਸ ਪਾਰਟੀ ਦੀ ਨਹੀਂ ਗੱਲ ਕਰ ਰਹੇ ਅਸੀਂ ਜਿਹੜੇ ਮਜਾਰੇ ਸਰਕਾਰ ਵਿਰੋਧ ਹੋ ਰਹੇ ਹੋ ਤੇ ਹੁਣੇ ਹੀ ਆ ਉਹਨੂੰ ਤੁਸੀਂ ਕਿਵੇਂ ਰੋਕ ਲੋਗੇ ਕੋਈ ਵੀ ਯੂਨੀਅਨ ਕਾਹੇ ਜਾਂ ਨਾਗ ਜਾਈ ਕੋਈ ਵੀ ਹਾਕਮ ਸਰਕਾਰ ਜੇ ਉਹ ਕੰਮ ਨਹੀਂ ਕਰਦੀ ਤਾਂ ਕਾਂਗਰਸ ਦੇ ਵਿਰੋਧ ਮੰਤਰੀਆਂ ਦੇ ਵਿਰੋਧ ਮਜਾਰੇ ਹੋਣਗੇ ਇਸੇ ਤਰੀਕੇ ਨਾਲ ਜੇ ਭਾਜਪਾ ਦੀ ਵੀ ਗੱਲ ਹੈਗੀ ਤੇ ਜੇ ਭਾਜਪਾ ਇੱਥੇ ਆ ਕੇ ਪੁੱਠੇ ਸਿੱਧੇ ਕੰਮ ਕਰੂਗੀ ਉਹ ਕਿਸੇ ਰਾਜੇਵਾਲ ਜੀ ਦਾ ਜਾਂ ਕਿਸੇ ਦਾ ਹੋਰ ਦਾ ਕਹਿਣ ਘਮਾਉਣ ਦੀ ਗੱਲ ਨਹੀਂ ਹੈਗੀ। ਨਾ ਮੈਨੂੰ ਲੱਗਦਾ ਕਿ ਉਹਨਾਂ ਨੇ ਇਸ ਰੂਪ ਚ ਕਿਹਾ ਹੋਊਗਾ ਜਿਵੇਂ ਉਹ ਗੱਲ ਸਰਕੂਲੇਟ ਹੋ ਰਹੀ ਹੈ। ਕਿ ਉਹਨਾਂ ਨੇ ਤੇ ਇਹ ਕਿਹਾ ਹੋਊਗਾ ਜੋ ਮੈਨੂੰ ਲੱਗਦਾ ਮੇਰੀ ਗੱਲ ਨਹੀਂ ਹੋਈ ਹੈ ਕਿ ਜੋ ਅਸੀਂ ਫੈਸਲਾ ਕੀਤਾ ਸੀ ਸੰਯੁਕਤ ਕਿਸਾਨ ਮੋਰਚੇ ਵਿੱਚ ਕਿ ਅਸੀਂ ਇਹਨਾਂ ਦਾ ਬਾਈਕਾਟ ਕਰਨਾ। ਅਸੀਂ ਇਹਨਾਂ ਦੇ ਜਿੱਥੇ ਵੀ ਕੋਈ ਫੰਕਸ਼ਨ ਹੋਊਗਾ ਉੱਥੇ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਣੀਆਂ। ਕਿਉਂਕਿ ਮੋਰਚਾ ਜਿੱਤ ਕੇ ਅਸੀਂ ਐਲਾਨ ਕਰਕੇ ਵਾਪਸ ਆ ਗਏ ਆਂ। ਉਹ ਫੈਸਲੇ ਮੁਤਾਬਕ ਨਹੀਂ ਹੋਊਗਾ ਹੁਣ ਉਹ ਜਿਹੜਾ ਪਹਿਲਾ ਫੈਸਲਾ ਸੀ ਹੁਣ ਨਵੇਂ ਸਿਰਿਓਂ ਕੋਈ ਡੀਜੀਪੀ ਨੂੰ ਆਪਣੀਆਂ ਕਾਲੀਆਂ ਝੰਡੀਆਂ ਦਿਖਾਉਂਦਾ ਜਾਂ ਇਵਨ ਕਾਂਗਰਸ ਪਾਰਟੀ ਨੂੰ ਕੋਈ ਦਿਖਾਉਂਦਾ ਜਾਂ ਕਿਸੇ ਵੀ ਪਾਰਟੀ ਨੂੰ ਦਿਖਾਉਂਦਾ ਉਹ ਤਾਂ ਕਿਸੇ ਨੇ ਪੁੱਛ ਕੇ ਥੋੜੀ ਦਿਖਾਉਣੀਆਂ ਉਹ ਕਿਹੜੀ ਯੂਨੀਅਨ ਕਿੱਥੇ ਕਿਵੇਂ ਆਪਣੇ ਆਪ ਨੂੰ ਲੈਂਦੀ ਆ ਹੁਣ ਕੁਝ ਰੇਲਾਂ ਤੇ ਬੈਠੇ ਹੋਏ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਉਹਨਾਂ ਦੇ ਰੇਲਾਂ ਦੇ ਟਰੈਕ ਤੇ ਬਹਿ ਕੇ ਆ ਕੇ ਕੁਝ ਜ਼ਿਲ੍ਹਿਆਂ ਦੇ ਉਗਰਾਹਾਂ ਵਾਲੇ ਬੀਕੇ ਜੂ ਉਗਰਾਹਾਂ ਵਾਲੇ ਬੈਠੇ ਆ ਜਿਲ੍ਹਿਆਂ ਦੇ ਡਿਸਟ੍ਰਿਕਟ ਹੈੱਡ ਕੁਆਟਰ ਤੇ ਬੈਠੇ ਚਾਰਜਪੰਡ ਦੇ ਉਹਨਾਂ ਦਾ ਚੱਲਣਾ ਬਜ਼ਾਰਾ ਚੱਲਣਾ ਪ੍ਰੋਟੈਸਟ ਚੱਲਣਾ ਇਹ ਤੇ ਚੱਲਦਾ ਰਹੂ ਸੁਖਵਿੰਦਰ ਇਹ ਰੋਕ ਨਹੀਂ ਸਕਦਾ ਜਦ ਤੱਕ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਤੇ ਅਸਲ ਮਾਨਿਆਂ ਦੇ ਵਿੱਚ ਜਿਹੜਾ ਜਮਹੂਰੀਅਤ ਜਾਂ ਲੋਕਤੰਤਰਿਕ ਸਾਡਾ ਇੰਸਟੀਚਿਊਸ਼ਨ ਹੈਗੇ ਆ ਉਹ ਗਹਿਰੇ ਹੀ ਤਾਂ ਹੋਣਗੇ ਉਹ ਮਜ਼ਬੂਤ ਹੀ ਤਾਂ ਹੋਣਗੇ ਜੇ ਲੋਕ ਸੰਘਰਸ਼ ਇਸੇ ਤਰੀਕੇ ਨਾਲ ਵਸ਼ਾਲ ਪੱਦਰ ਦੇ ਉੱਤੇ ਲਗਾਤਾਰ ਚੱਲਦੇ ਰਹਿਣਗੇ ਇਹਦੇ ਨਾਲ ਲੋਕਾਂ ਦੀ ਰਾਜਨੀਤਿਕ ਚੇਤਨਾ ਸੂਝਬੂਝ ਵੀ ਵਧੂਗੀ ਤੇ ਨਾਲ ਹੀ ਲੋਕਾਂ ਨੂੰ ਇਹ ਪਤਾ ਲੱਗੂਗਾ ਕਿ ਕਿਵੇਂ ਪੋਲੀਟੀਕਲ ਪਾਰਟੀਆਂ ਤੋਂ ਜਾਂ ਸਰਕਾਰਾਂ ਤੋਂ ਅਸੀਂ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਵਾਉਣੀ ਹੈ ਇੱਕ ਹੋਰ ਗੱਲ ਹੈ ਪ੍ਰੋਫੈਸਰ ਇਹਦੇ ਵਿੱਚ ਮੈਂ ਸੁਣ ਰਿਹਾ ਸੀ ਕਿ ਕਿਸਾਨ ਖਫਾ ਨੇ ਕਹਿੰਦੇ ਜਿਹੜੇ ਚੈੱਕ ਸਰਕਾਰ ਨੇ ਸਾਨੂੰ ਦਿੱਤੇ ਚੰਨੀ ਸਰਕਾਰ ਜਿਹੜੀ ਕਹਿੰਦੀ ਕਿ ਅਸੀਂ ਮੁਆਵਜ਼ਾ ਦੇ ਰਹੇ ਹਾਂ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਕਿਸਾਨਾਂ ਦੇ ਆਨੂੰ ਉਹ ਕਹਿੰਦੇ ਲੱਗ ਨਹੀਂ ਰਹੇ ਲੋਕ ਉਹਨੂੰ ਲੈ ਕੇ ਵੀ ਇਹ ਕਹਿ ਰਹੇ ਨੇ ਕਿ ਦੇਖੋ ਇਹ ਤਾਂ ਵਾਅਦਾ ਖਿਲਾਫੀ ਕਰਤੀ ਸਾਡੇ ਨਾਲ ਦੇਖੋ ਇਹ ਤੇ ਗੱਲ ਹੈ ਕਿ ਸਰਕਾਰ ਦੇ ਕੋਲ ਪੈਸੇ ਜਿਸ ਤਰ੍ਹਾਂ ਸਾਨੂੰ ਪਤਾ ਹੀ ਆ ਆਲਮੋਸਟ ਦਿਵਾਲੀਆ ਹੈ ਸਰਕਾਰ ਤੇ ਬੱਲੇ ਦੀ ਢੇਲਾ ਕਰਦੀ ਫਿਰਦੀ ਮੇਲਾ ਮੇਲਾ ਉਹ ਹਾਲਤ ਤੇ ਹੈਗੀ ਆ ਚੈੱਕ ਜੇ ਰੱਖ ਲੈਣ ਜੇ ਚੈੱਕ ਬਾਉਂਸ ਹੁੰਦੇ ਆ ਤੇ ਫਿਰ ਸਰਕਾਰ ਜੇਲ੍ਹ ਚ ਜਾਊਗੀ ਇਹ ਤੇ ਕੋਈ ਵੀ ਚੈੱਕ ਤੁਸੀਂ ਚੱਕ ਦੇ ਕੇ ਦੇਖੋ ਕਿਸੇ ਨੂੰ ਜੇ ਬਾਉਂਸ ਹੋ ਜੇ ਤੇ ਤੁਹਾਨੂੰ ਜੇਲ੍ਹ ਹੁੰਦੀ ਆ ਜੇ ਤੁਹਾਡਾ ਜਿੰਨੇ ਚੈੱਕ ਦਾ ਬਾਉਂਸ ਹੋਇਆ ਉਹ ਕੰਪਲੇਂਟ ਕਰੇ ਤਾਂ ਉਹ ਬੰਦੇ ਜਿਹੜੇ ਸਾਡੇ ਵੀਰ ਜਿਨ੍ਹਾਂ ਦੇ ਚੈੱਕ ਬਾਉਂਸ ਹੋ ਰਹੇ ਆ ਉਹ ਜਾ ਕੇ ਐਫ ਆਈ ਆਰਾ ਦਰਜ ਕਰਾਉਣ ਸਰਕਾਰ ਤੇ ਪਿਆ ਕੀ ਕੰਮ ਹੈ ਸਾਡੇ ਨਾਲ ਤੇ ਬਕੌਲੀ ਹੋ ਗਈ ਹੈ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਰੂਰ ਇਹੋ ਜਿਹਾ ਹੋਇਆ ਹੋਊਗਾ ਤਾਂ ਹੀ ਲੋਕ ਕਹਿ ਰਹੇ ਆ ਲੋਕਾਂ ਨੂੰ ਤੇ ਪੈਸੇ ਤੇ ਹਰ ਇੱਕ ਬੰਦੇ ਨੂੰ ਚਾਹੀਦੇ ਉਹ ਕਾਗਜ਼ ਥੋੜੀ ਚਾਹੀਦਾ ਚੈੱਕ ਚੈੱਕ ਦੇ ਨਾਲ ਜਿਹੜੇ ਦੂਜੇ ਪੈਸੇ ਆ ਉਹ ਚਾਹੀਦੇ ਆ ਜੇ ਨਹੀਂ ਮਿਲ ਰਹੇ ਤੇ ਦੋਈ ਤਰੀਕੇ ਆ ਜਾਂ ਤਾਂ ਤੁਸੀਂ ਕਾਨੂੰਨਨ ਕਾਰਵਾਈ ਕਰੋ ਜਾਂ ਪਬਲਿਕ ਪ੍ਰੋਟੈਸਟ ਕਰੋ ਤਾਂ ਹੀ ਆਵਾਜ਼ ਲੱਗੂ ਤੁਹਾਡੇ ਰਾਏ ਮੀਡੀਆ ਰਾਏ ਆਵਾਜ਼ ਜਾਣੀ ਜਾਏਗੀ ਹੂੰ ਆਵਾਜ਼ ਤਾਂ ਜਾਣੀ ਚਾਹੀਦੀ ਹੈ ਪਰ ਨਵਜੋਤ ਸਿੱਧੂ ਦੀ ਆਵਾਜ਼ ਨਹੀਂ ਪਹੁੰਚਦੀ ਸਿੱਧੂ ਸਾਹਿਬ ਨੇ ਪਰਸੋ ਇੱਕ ਵੀਡੀਓ ਜਾਰੀ ਕੀਤੀ ਉੱਥੇ ਜਾ ਕੇ ਵਹਿਬਲ ਕਰਾਂ ਕਿ ਦੇਖੋ ਜੀ ਆਹ ਮੁੰਡੇ ਦੇ ਵੀ ਗੋਲੀ ਲੱਗੀ ਸੀ ਪੱਟ ਚੋਂ ਜਦੋਂ ਜਦੋਂ ਸਿੱਖਾਂ ਤੇ ਗੋਲੀਆਂ ਚੱਲੀਆਂ ਸੀ ਤੇ ਇਹਨੂੰ ਨੌਕਰੀ ਮਿਲਣੀ ਚਾਹੀਦੀ ਹੈ ਅੱਜ ਤਾਂ ਉਹਨਾਂ ਨੇ ਲੈਟਰ ਹੈਡ ਦੇ ਉੱਤੇ ਜਾਰੀ ਕਰਕੇ ਪਾ ਦਿੱਤਾ ਕਿ ਨੌਕਰੀ ਕਿਉਂ ਨਹੀਂ ਦਿੱਤੀ ਜਾ ਰਹੀ ਨੌਕਰੀ ਦੇਣੀ ਚਾਹੀਦੀ ਹੈ ਮੰਤਰੀਆਂ ਵਿਧਾਇਕਾਂ ਦੇ ਪੁੱਤਰਾਂ ਨੂੰ ਜਿਹੜੇ ਕਹਿੰਦੇ ਮਤਲਬ ਕਿ ਜਿਨ੍ਹਾਂ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਮਿਲਦੀ ਨਹੀਂ ਤੇ ਮੰਤਰੀਆਂ ਵਿਧਾਇਕਾਂ ਦੇ ਪੁੱਤਰਾਂ ਨੂੰ ਦੇ ਹੀ ਜਾਂਦੇ ਨੇ ਸਿੱਧਾ ਉਹਨਾਂ ਨੇ ਆਪਣੀ ਸਰਕਾਰ ਇੱਕ ਪਾਸੇ ਤਾਂ ਸਰਕਾਰ ਦੀ ਉਪਰਸੰਸ਼ਾ ਕਰ ਦਿੰਦੇ ਨੇ ਕਿ ਐਫਆਈਆਰ ਹੋ ਗਈ ਤਾਂ ਦੂਜੇ ਪਾਸੇ ਉਧਰੋਂ ਲੱਤ ਵੀ ਖਿੱਚ ਲੈਂਦੇ ਨੇ ਕਿ ਆਹ ਵੀ ਕੰਮ ਕਰਨਾ ਦੇਖੋ ਤੁਹਾਨੂੰ ਪਤਾ ਕੁਝ ਬਾਜਵੇਂ ਦਾ ਕੁਝ ਉਹ ਪੁਰਾਣਾ ਬਿਆਨ ਸਿੰਘ ਦੇ ਘਰ ਚ ਕੁਝ ਨੌਕਰੀਆਂ ਸ਼ੁਰੂ ਚ ਗਈ ਸੀ ਹੈਨਾ ਉਹਦਾ ਕਾਫੀ ਚਰਚਾ ਹੋਈ ਸੀ ਇਹ ਗੱਲ ਠੀਕ ਕਹਿ ਰਹੇ ਆ ਜਿਹੜੀ ਕਿ ਮੰਤਰੀਆਂ ਦੇ ਜਾਂ ਸੰਤਰੀਆਂ ਦੇ ਜਾਂ ਹੋਰਨਾਂ ਦੇ ਰਿਸ਼ਤੇਦਾਰਾਂ ਨੂੰ ਅਸੀਂ ਚੁੰਡ-ਚੁੰਡ ਕੇ ਪੁਰਾਣੇ ਕੇਸ ਕੱਢ ਕੇ 15-15 ਸਾਲ 20-20 ਸਾਲ ਪੁਰਾਣੇ ਕੇਸ ਕੱਢ ਕੇ ਵੀ ਤੇ ਉਹਨਾਂ ਨੂੰ ਨੌਕਰੀ ਦੇਣ ਦੀ ਆਪਾਂ ਉਪਰਾਲੇ ਕਰਦੇ ਆਂ ਪਰ ਜਿਹੜੇ ਆ ਜੇ 5-6 ਸਾਲ ਪੁਰਾਣੇ ਆ ਜਾਂ ਜਿਹੜਾ ਸਾਨੂੰ ਉਦੋਂ ਹੀ ਕਰਨਾ ਚਾਹੀਦਾ ਸੀ ਜਾਂ ਸਰਕਾਰ ਨੂੰ ਕਰਨਾ ਚਾਹੀਦਾ ਸੀ ਕਿਉਂਕਿ ਪੁਲਿਸ ਦੀ ਸਿੱਧੀ-ਸਿੱਧੀ ਇਹ ਗੋਲੀਆਂ ਚੱਲੀਆਂ ਇਹਦੇ ਪ੍ਰੂਫ ਹੋ ਚੁੱਕਾ ਇਹਦੇ ਤੇ ਕੋਈ ਦੂਰ ਆਏ ਨਹੀਂ ਹੈ ਕਿ ਕਿਸੇ ਬਾਹਰੋਂ ਸਮੈਗਲਰ ਨੇ ਗੁੰਡੇ ਨੇ ਹੋਰ ਕਿਸੇ ਨੇ ਕੀਤੀ ਤੇ ਸਰਕਾਰ ਨੂੰ ਉਹਨਾਂ ਨੂੰ ਰੀਹੈਬਿਲੀਟੇਟ ਕਰ ਲਈ ਇਹ ਕਰਨਾ ਚਾਹੀਦਾ ਸੀ ਜੇ ਨਹੀਂ ਕੀਤਾ ਤੇ ਚੰਨੀ ਸਾਹਿਬ ਆਪਣੇ ਹੀ ਪ੍ਰਧਾਨ ਦੀ ਆਪਣੇ ਪਾਰਟੀ ਦੇ ਪ੍ਰਧਾਨ ਦੀ ਸੁਣ ਕੇ ਉਹ ਤੁਰੰਤ ਕਰ ਦੇਣਾ ਚਾਹੀਦਾ ਹੂੰ ਜੀ ਸ਼ੁਕਰੀਆ ਪ੍ਰੋਫੈਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਕੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਰਗੇ ਸਿਆਸੀ ਮਾਰਕ ਪ੍ਰੋਫੈਸਰ ਮਨਜੀਤ ਸਿੰਘ ਲੋਕਤਾ ਸਵਾਲ ਸਰਕਾਰ ਤੇ ਚੁੱਕਣਗੇ ਕਿ ਤੁਸੀਂ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਭਾਵੇਂ ਚੋਣ ਮੈਦਾਨ ਵਿੱਚ ਉਤਰੋ ਅਸੀਂ ਤੁਹਾਨੂੰ ਜਵਾਬ ਦੇਾਂਗੇ 2022 ਦੇ ਵਿੱਚ ਕਿਉਂਕਿ ਨਸ਼ਿਆਂ ਨੂੰ ਲੈ ਕੇ ਵਿਅਦਵੀ ਨੂੰ ਲੈ ਕੇ ਪੰਜਾਬ ਦੇ ਜਿਹੜੇ ਮੂਲ ਮੁੱਦੇ ਨੇ ਪੰਜਾਬ ਤੇ ਭ੍ਰਿਸ਼ਟਾਚਾਰ ਆ ਪੰਜਾਬ ਦੇ ਵਿੱਚ ਜਿਹੜਾ ਉਹ ਅਸੀਂ ਦੇਖਦੇ ਆ ਜਿਹੜੇ ਜਿਹੜੇ ਮੁੱਦੇ ਸਾਡੇ ਨਾਲ ਜੁੜੇ ਨੇ ਲੋਕ ਸਮਝਦੇ ਨੇ ਸਿੱਖਿਆ ਦਾ ਸਿਹਤ ਦਾ ਇਹ ਸਾਰੇ ਮੁੱਦੇ ਲੋਕ ਪੁੱਛਣਗੇ ਤੁਹਾਨੂੰ ਤੇ ਉਸੇ ਹਿਸਾਬ ਨਾਲ ਕਰ ਵੋਟਾਂ ਪੈਣ ਗਿਆ ਤਿਆਰ ਰੋ ਲੋਕ ਤੁਹਾਡੇ ਤੋਂ ਸਵਾਲ ਵੀ ਕਰਨਗੇ ਜਵਾਬ ਵੀ ਲੈਣਗੇ ਤੇ ਹਿਸਾਬ ਵੀ ਲੈਣਗੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰੋ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਧੰਨਵਾਦ